ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਗੁੜ ਵਾਲੇ ਚਨੇ ਬਹੁਤ ਹੀ ਸੌਖੇ ਤਰੀਕੇ ਨਾਲ ਅਸੀਂ ਗੁੜ ਵਾਲੇ ਚਨੇ ਬਣਾ ਕੇ ਤਿਆਰ ਕਰਾਂਗੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਚਲੋ ਸ਼ੁਰੂ ਕਰਦੇ ਹਾਂ ਇੱਥੇ ਅਸੀਂ ਗੁੜ ਵਾਲੇ ਚਨੇ ਬਣਾਉਣ ਦੇ ਲਈ ਇੱਕ ਕੌਲੀ ਚਨੇ ਲਏ ਹਨ ਚਨੇ ਇੱਥੇ ਅਸੀਂ ਭੁਜੇ ਹੋਏ ਲਏ ਹਨ ਅੱਧੀ ਕੌਲੀ ਅਸੀਂ ਗੁੜ ਲਿਆ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਚਣਿਆਂ ਨੂੰ ਹਲਕਾ ਜਿਹਾ ਰੋਸਟ ਕਰ ਲਵਾਂਗੇ ਉਸਦੇ ਲਈ ਅਸੀਂ ਇੱਕ ਕੌਲੀ ਚਣਿਆਂ ਨੂੰ ਇੱਕ ਕੜਾਈ ਦੇ ਵਿੱਚ ਪਾ ਕੇ ਹਲਕਾ ਜਿਹਾ ਰੋਸਟ ਕਰ ਲਵਾਂਗੇ ਵੈਸੇ ਤਾਂ ਇਹ ਚਣੇ ਪਹਿਲੇ ਹੀ ਭੁੰਨੇ ਹੋਏ ਹੁੰਦੇ ਹਨ ਪਰ ਫਿਰ ਵੀ ਅਸੀਂ ਇਹਨਾਂ ਨੂੰ 1 ਮਿੰਟ ਦੇ ਲਈ ਹਲਕਾ ਜਿਹਾ ਰੋਸਟ ਕਰ ਲਵਾਂਗੇ ਅਸੀਂ ਇੱਥੇ ਮੀਡੀਅਮ ਆਂਸ ਤੇ ਉੱਤੇ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਚਣਿਆਂ ਨੂੰ ਹਲਕਾ ਜਿਹਾ ਰੋਸਟ ਕਰ ਲਿਆ ਹੈ ਇਹਨਾਂ ਨੂੰ ਜ਼ਿਆਦਾ ਰੋਸਟ ਬਿਲਕੁਲ ਵੀ ਨਹੀਂ ਕਰਨਾ ਹੈ ਨਹੀਂ ਤਾਂ ਇਹਨਾਂ ਦਾ ਟੇਸਟ ਕੌੜਾ ਹੋ ਜਾਵੇਗਾ ਹੁਣ ਅਸੀਂ ਇਹਨਾਂ ਭੁੰਨੇ ਹੋਏ ਚਣਿਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤਾਂਕਿ ਇਹ ਠੰਡੇ ਹੋ ਜਾਣ। ਹੁਣ ਅਸੀਂ ਇੱਕ ਚਾਸ਼ਨੀ ਬਣਾ ਕੇ ਤਿਆਰ ਕਰ ਲਵਾਂਗੇ। ਉਸਦੇ ਲਈ ਅਸੀਂ ਕੜਾਈ ਨੂੰ ਗੈਸ ਦੇ ਉੱਪਰ ਰੱਖ ਦਿੱਤਾ ਹੈ। ਹੁਣ ਅਸੀਂ ਅੱਧੇ ਕੌਲੀ ਕੁੱਟਿਆ ਹੋਇਆ ਗੁੜ ਪਾ ਦਵਾਂਗੇ। ਗੁੜ ਨੂੰ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ। ਇੱਥੇ ਅਸੀਂ ਪਾਣੀ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਾਂਗੇ। ਬਿਲਕੁਲ ਸਲੋ ਆਂਚ ਦੇ ਉੱਤੇ ਅਸੀਂ ਗੁੜ ਨੂੰ ਮੈਲਟ ਹੋਣ ਤੱਕ ਪਕਾਵਾਂਗੇ। ਜਿਵੇਂ ਜਿਵੇਂ ਅਸੀਂ ਇੱਥੇ ਗੁੜ ਨੂੰ ਗਰਮ ਕਰਦੇ ਜਾਵਾਂਗੇ ਇਹ ਆਪਣੇ ਆਪ ਹੀ ਮੈਲਟ ਹੁੰਦਾ ਜਾਵੇਗਾ ਅਤੇ ਪਾਣੀ ਛੱਡਨ ਜਾਵੇਗਾ ਇੱਥੇ ਤੁਸੀਂ ਦੇਖ ਸਕਦੇ ਆ ਕਿ ਗੁੜ ਮੈਲਟ ਹੋਣਾ ਸ਼ੁਰੂ ਹੋ ਗਿਆ ਹੈ ਗੈਸ ਦੀ ਫਲੇਮ ਅਸੀਂ ਬਿਲਕੁਲ ਸਲੋ ਹੀ ਰੱਖਣੀ ਹੈ ਇੱਥੇ ਸਾਡਾ ਗੁੜ ਚੰਗੀ ਤਰ੍ਹਾਂ ਦੇ ਨਾਲ ਮੈਲਟ ਹੋ ਗਿਆ ਹੈ ਇਸ ਦੇ ਵਿੱਚ ਕੋਈ ਵੀ ਗੰਡ ਵਗੈਰਾ ਨਹੀਂ ਹੈ ਹੁਣ ਅਸੀਂ ਗੁੜ ਦੇ ਵਿੱਚ ਥੋੜੇ ਜੇ ਫਲੇਵਰ ਐਡ ਕਰ ਦੇਵਾਂਗੇ ਆਪਣੇ ਚੰਨਿਆਂ ਨੂੰ ਫਲੇਵਰਫੁੱਲ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਅੱਧਾ ਚਮਚ ਇਲਾਇਚੀ ਪਾਊਡਰ ਪਾ ਦਵਾਂਗੇ ਇਲਾਇਚੀ ਪਾਊਡਰ ਪਾਉਣ ਦੇ ਨਾਲ ਇਹਨਾਂ ਚੰਨਿਆਂ ਦੇ ਵਿੱਚ ਟੇਸਟ ਬਹੁਤ ਵਧੀਆ ਆਉਂਦਾ ਹੈ 2 ਚਮਚ ਅਸੀਂ ਬਿਲਕੁਲ ਬਰੀਕ ਪੀਸੇ ਹੋਏ ਬਦਾਮ ਪਾ ਦਵਾਂਗੇ 2 ਚਮਚ ਹੀ ਅਸੀਂ ਚਿੱਟੇ ਤਿਲ ਪਾ ਦਵਾਂਗੇ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਣੀ ਗੁੜ ਵਾਲੀ ਚਾਸ਼ਨੀ ਦੇ ਵਿੱਚ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਗੁੜ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਉਦੋਂ ਤੱਕ ਪਕਾਵਾਂਗੇ ਜਦ ਤੱਕ ਸਾਡੀ ਗੁੜ ਵਾਲੀ ਚਾਸ਼ਨੀ ਬਿਲਕੁਲ ਗਾੜੀ ਨਹੀਂ ਹੋ ਜਾਂਦੀ ਅਤੇ ਇਸ ਦੇ ਵਿੱਚ ਦੋ ਉਵਾਲ ਨਹੀਂ ਆ ਜਾਂਦੇ ਅਸੀਂ ਇੱਥੇ ਇੱਕ ਤਰ ਦੋ ਤਰ ਦੀ ਚਾਸ਼ਨੀ ਬਿਲਕੁਲ ਵੀ ਨਹੀਂ ਬਣਾਵਾਂਗੇ ਇੱਥੇ ਅਸੀਂ ਬਿਲਕੁਲ ਵੀ ਪਾਣੀ ਦੀ ਵਰਤੋਂ ਨਹੀਂ ਕੀਤੀ ਹੈ ਇਸ ਲਈ ਅਸੀਂ ਚਾਸ਼ਨੀ ਨੂੰ ਜ਼ਿਆਦਾ ਨਹੀਂ ਪਕਾਉਣਾ ਹੈ ਇੱਥੇ ਸਾਡੀ ਗੁੜ ਦੀ ਚਾਸ਼ਨੀ ਦੇ ਵਿੱਚ ਦੋ ਉਵਾਲ ਆ ਗਏ ਹਨ ਤੁਸੀਂ ਦੇਖ ਸਕਦੇ ਹੋ ਕਿ ਚਾਸ਼ਨੀ ਦਾ ਕਲਰ ਵੀ ਬਦਲ ਗਿਆ ਹੈ ਹੁਣ ਅਸੀਂ ਇਸ ਚਾਸ਼ਨੀ ਨੂੰ ਹੋਰ ਨਹੀਂ ਪਕਾਵਾਂਗੇ ਨਹੀਂ ਤਾਂ ਬਾਅਦ ਵਿੱਚ ਸਾਡੇ ਚਨੇ ਜਿਹੜੇ ਆ ਬਹੁਤ ਹੀ ਜ਼ਿਆਦਾ ਸਖਤ ਹੋ ਜਾਣਗੇ ਇਸ ਲਈ ਅਸੀਂ ਹੁਣ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਹੁਣ ਅਸੀਂ ਗਰਮਾ-ਗਰਮ ਚਾਸ਼ਨੀ ਦੇ ਵਿੱਚ ਆਪਣੇ ਭੁੰਨੇ ਹੋਏ ਚਨੇ ਐਡ ਕਰ ਦੇਵਾਂਗੇ ਚਨਿਆਂ ਨੂੰ ਐਡ ਕਰਨ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਇੱਥੇ ਅਸੀਂ ਗੈਸ ਦੀ ਫਲੇਮ ਨੂੰ ਬੰਦ ਹੀ ਰੱਖਣਾ ਹੈ ਬੰਦ ਫਲੇਮ ਦੇ ਉੱਪਰ ਹੀ ਅਸੀਂ ਚਨਿਆਂ ਨੂੰ ਚਾਸ਼ਨੀ ਦੇ ਵਿੱਚ ਮਿਕਸ ਕਰਨਾ ਹੈ ਇੱਥੇ ਅਸੀਂ ਜਿਵੇਂ ਜਿਵੇਂ ਆਪਣੀ ਚਾਸ਼ਨੀ ਦੇ ਵਿੱਚ ਚੰਨਿਆਂ ਨੂੰ ਮਿਕਸ ਕਰਦੇ ਜਾਵਾਂਗੇ ਇਹ ਆਪਣੇ ਆਪ ਹੀ ਵਧੀਆ ਤਰੀਕੇ ਨਾਲ ਕੋਟ ਹੋ ਜਾਣਗੇ ਹੁਣ ਅਸੀਂ ਆਪਣੇ ਭੁੰਨੇ ਹੋਏ ਚੰਨਿਆਂ ਨੂੰ 10 ਮਿੰਟ ਦੇ ਲਈ ਇਸੇ ਤਰ੍ਹਾਂ ਪਏ ਰਹਿਣ ਦਵਾਵਾਂਗੇ ਤਾਂ ਕਿ ਸਾਡੇ ਚੰਨਿਆਂ ਦੇ ਉੱਪਰ ਚਾਸ਼ਨੀ ਦੀ ਕੋਟਿੰਗ ਵਧੀਆ ਹੋ ਜਾਵੇ 10 ਮਿੰਟ ਚੰਨਿਆਂ ਨੂੰ ਪਏ ਰਹਿਣ ਤੋਂ ਬਾਅਦ ਅਸੀਂ ਹੁਣ ਚੈੱਕ ਕਰ ਲੈਂਦੇ ਹਾਂ ਇੱਥੇ ਸਾਡੇ ਚੰਨਿਆਂ ਦੇ ਉੱਪਰ ਗੁੜ ਦੀ ਬਹੁਤ ਹੀ ਵਧੀਆ ਕੋਟਿੰਗ ਹੋ ਗਈ ਹੈ ਅਤੇ ਸਾਡਾ ਇੱਕ ਇੱਕ ਚੰਨਾ ਅਲੱਗ-ਅਲੱਗ ਹੋ ਗਿਆ ਹੈ ਇੱਥੇ ਸਾਡੇ ਬਿਲਕੁਲ ਬਾਜ਼ਾਰ ਵਰਗੇ ਗੁੜ ਵਾਲੇ ਚਨੇ ਬਣ ਕੇ ਤਿਆਰ ਹੋ ਗਏ ਹਨ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਬਣਾ ਕੇ ਜ਼ਰੂਰ ਟਰਾਈ ਕਰਿਓ ਅਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਡੀ ਇਹ ਰੈਸਪੀ ਕਿਹੋ ਜਿਹੀ ਬਣੀ ਹੈ ਹੁਣ ਅਸੀਂ ਆਪਣੇ ਗੁੜ ਵਾਲੇ ਚਨਿਆਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਗੁੜ ਵਾਲੇ ਚਨੇ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਅੱਜ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਚਲिए ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ